ਸਤਿ ਸ਼੍ਰੀ ਅਕਾਲ ਪੰਜਾਬ ਭਾਰਤ ਤੇ ਯੂਕੇ ਦੀਆਂ ਇੰਗਲਿਸ਼ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕ ਮਾਤਰ ਪੋਰਟਲ ਇੰਡੀਅਨ ਟਾਈਮਸ daily.com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਹਦੇ ਵਿੱਚ ਤੁਹਾਨੂੰ ਸਾਬਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਗੌਰੀ ਸਿੰਘ ਹੈ ਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ ਰਾਜ ਸਭਾ MP ਸ਼ੈਵਤ ਮਲਿਕ ਹੁਣ BJP ਦੇ ਨਵੇਂ ਸਟੇਟ ਪ੍ਰੈਜ਼ੀਡੈਂਟ ਹਨ ਅਤੇ ISI ਲਈ ਇੱਕ ਜਾਸੂਸ ਵਜੋਂ ਕਥਿਤ ਤੌਰ ਤੇ ਕੰਮ ਕਰਨ ਵਾਲੇ ਇੱਕ ਭਾਰਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਭਾਰਤ ਵਿੱਚ ਚਾਈਨਾ ਦੀ ਸਰਹੱਦ ਤੇ ਹੋਰ ਫੌਜਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਜੰਮੂ ਐਂਡ ਕਸ਼ਮੀਰ CM ਮਹਿਬੂਬਾ ਮੁਫਤੀ ਨੇ ਪਾਕਿਸਤਾਨ ਨਾਲ ਸ਼ਾਂਤੀ ਦੀ ਗੱਲਬਾਤ ਕਰਨ ਦੀ ਬੇਨਤੀ ਕੀਤੀ ਹੈ। UK ਵਿੱਚ ਰਸ਼ੀਆ ਨੇ UK ਤੇ ਰਸ਼ੀਅਨ ਹਵਾਈ ਜਹਾਜ਼ ਦੀ ਗਲਤ ਤਰੀਕੇ ਨਾਲ ਜਾਂਚ ਕਰਨ ਦਾ ਇਲਜ਼ਾਮ ਲਗਾਇਆ ਅਤੇ ਲੇਬਰ ਲੀਡਰ ਕ੍ਰਿਸਟੀਨ ਸ਼ੌਕਰੋਫਟ ਨੇ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ, ਭਾਰਤ ਤੇ UK ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਰਾਜ ਸਭਾ MP ਸ਼ੈਵਤ ਮਲਿਕ ਹੁਣ ਪੰਜਾਬ BJP ਦੇ ਨਵੇਂ ਪ੍ਰੈਜ਼ੀਡੈਂਟ ਹਨ ਜਿਨ੍ਹਾਂ ਨੇ ਯੂਨੀਅਨ ਮਿਨਿਸਟਰ ਵਿਜੇ ਸਾਂਪਲਾ ਦੀ ਜਗ੍ਹਾ ਲਿੱਤੀ ਹੈ। ਉਹ ਅੰਮ੍ਰਿਤਸਰ ਦੇ ਸਾਬਕਾ ਮੇਅਰ ਵੀ ਸਨ। ਮਲਿਕ ਨੇ ਵਾਅਦਾ ਕੀਤਾ ਹੈ ਕਿ ਉਹ ਪੰਜਾਬ ਦੇ ਵਿੱਚ ਪਾਰਟੀ ਦੀ ਪਕੜ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ। ਇੱਕ ਭਾਰਤੀ ਆਦਮੀ ਕਥਿਤ ਤੌਰ ਉੱਪਰ ਪਾਕਿਸਤਾਨ ਦੀ ISI ਦੇ ਲਈ ਇੱਕ ਜਾਸੂਸ ਵਜੋਂ ਕੰਮ ਕਰ ਰਿਹਾ ਸੀ ਜਿਸ ਨੂੰ ਕਿ ਅੰਮ੍ਰਿਤਸਰ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਕੋਲੋਂ ਜ਼ਰੂਰੀ ਥਾਵਾਂ ਦੀਆਂ ਫੋਟੋਆਂ, ਪਾਬੰਦੀ ਵਾਲੇ ਖੇਤਰਾਂ ਦੇ ਹੱਥ ਨਾਲ ਬਣਾਏ ਹੋਏ ਨਕਸ਼ੇ, ਫੌਜਾਂ ਦੀ ਟ੍ਰੇਨਿੰਗ ਮੈਨੂਅਲ ਦੀ ਫੋਟੋਕਾਪੀਜ਼ ਅਤੇ ਫੌਜ ਦੇ ਹਮਲੇ ਬਾਰੇ ਜਾਣਕਾਰੀ ਮਿਲੀ ਹੈ। ਉਸ ਨੂੰ ਇੰਟੈਲੀਜੈਂਸ ਏਜੰਸੀਜ਼ ਦੁਆਰਾ ਪੁੱਛਤਾਛ ਕੀਤੀ ਜਾ ਰਹੀ ਹੈ। CM ਅਮਰਿੰਦਰ ਸਿੰਘ ਨੇ 2 ਅਪ੍ਰੈਲ ਨੂੰ SC ਕਮਿਊਨਿਟੀ ਨੂੰ ਕਾਨੂੰਨ ਅਤੇ ਵਿਵਸਥਾ ਨਿਭਾਉਣ ਦੇ ਲਈ ਸ਼ਟਡਾਊਨ ਕਰਨ ਦੀ ਬੇਨਤੀ ਕੀਤੀ ਹੈ। ਸ਼ੈਡਿਊਲਡ ਕਾਸਟ ਕਮਿਊਨਿਟੀ ਦੇ ਕਈ ਸੰਗਠਨਾਂ ਨੇ SC ST ਐਟਰੋਸਿਟੀਜ਼ ਐਕਟ ਦੇ ਖਿਲਾਫ ਵਿਰੋਧ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨੇ ਹੋਮ ਮਿਨਿਸਟਰੀ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਬਾਅਦ ਮੁਆਵਜ਼ੇ ਹਾਸਲ ਕਰਨ ਵਾਲੇ ਪੀੜਤਾਂ ਦੀ ਸੂਚੀ ਦਾ ਖੁਲਾਸਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਨਵਦੀਪ ਗੁਪਤਾ ਦੁਆਰਾ ਕੀਤੀ ਸ਼ਿਕਾਇਤ ਦੀ ਪਾਲਣਾ ਕਰ ਰਿਹਾ ਹੈ ਜਿਨ੍ਹਾਂ ਨੇ ਪੀੜਤਾਂ ਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਮੰਗੀ ਸੀ। SGPC ਨੇ 2018-19 ਦੇ ਸਾਲ ਦੇ ਲਈ 1159 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਹੈ। ਇਸ ਸੰਗਠਨ ਦਾ ਉਦੇਸ਼ ਸਿੱਖੀ ਅਤੇ ਸਿੱਖਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਸਮਾਜ ਦੇ ਵੰਡੇ ਹੋਏ ਹਿੱਸੇ ਦੀ ਮਦਦ ਕੀਤੀ ਜਾ ਸਕੇ। ਮੈਂਬਰਾਂ ਦੇ ਡਿਸਕ੍ਰਿਸ਼ਨਰੀ ਫੰਡਸ ਨੂੰ ਵੀ 1 ਲੱਖ ਤੋਂ ਵਧਾ ਕੇ 3 ਲੱਖ ਰੁਪਏ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਵਿੱਚ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਦੁਆਰਾ ਉਠਾਏ ਗਏ ਮੁੱਦਿਆਂ ਉੱਪਰ ਕਾਂਗਰਸ ਸਰਕਾਰ ਦੇ ਨੇਤਾਵਾਂ ਨੇ SAD ਪ੍ਰੈਜ਼ੀਡੈਂਟ ਸੁਖਬੀਰ ਬਾਦਲ ਤੋਂ ਵਿਆਖਿਆ ਮੰਗੀ ਹੈ। ਉਸ ਨੇ ਸੁਖਬੀਰ ਤੇ ਨਿੱਜੀ ਲਾਭਾਂ ਦੇ ਲਈ SGPC ਫੰਡਸ ਦਾ ਗਲਤ ਇਸਤੇਮਾਲ ਕਰਨ ਦਾ ਇਲਜ਼ਾਮ ਲਗਾਇਆ। BJP MLA ਅਰੁਣ ਨਾਰੰਗ ਨੇ ਵਿਕਾਸ ਦੇ ਕੰਮਾਂ ਨੂੰ ਅਣਦੇਖਿਆ ਕਰਨ ਦੇ ਲਈ ਕਾਂਗਰਸ ਸਰਕਾਰ ਨੂੰ ਦੋਸ਼ੀ ਮੰਨਿਆ। ਉਹਨਾਂ ਨੇ ਹਾਰਟੀਕਲਚਰ ਯੂਨੀਵਰਸਿਟੀ ਅਤੇ ਇੱਕ ਸਰਕਾਰੀ ਕਾਲਜ ਦੀ ਉਦਾਹਰਣ ਦਾ ਹਵਾਲਾ ਦਿੱਤਾ ਜਿਸ ਦਾ ਐਲਾਨ CM ਅਮਰਿੰਦਰ ਸਿੰਘ ਨੇ ਕੀਤਾ ਸੀ। ਨਾਰੰਗ ਨੇ ਕਿਹਾ ਕਿ ਸਰਕਾਰ ਨੇ ਇਹਨਾਂ ਪ੍ਰੋਜੈਕਟਾਂ ਦਾ ਐਨੂਅਲ ਬਜਟ ਵਿੱਚ ਜ਼ਿਕਰ ਨਹੀਂ ਕੀਤਾ ਸੀ। ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨੇ ਪੰਜਾਬ ਸਰਕਾਰ ਦੁਆਰਾ ਧਾਰਮਿਕ ਪ੍ਰਚਾਰਕ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵੇਰਵਾ ਮੰਗਿਆ। ਭਿੰਡਰਾਂਵਾਲੇ ਨੂੰ ਖਾਲਿਸਤਾਨ ਅੰਦੋਲਨ ਦਾ ਮੈਸਕਟ ਮੰਨਿਆ ਜਾਂਦਾ ਸੀ ਜਿਸ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ। ਉਹ 1984 ਵਿੱਚ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਸੁਰੱਖਿਆ ਬਲਾਂ ਦੁਆਰਾ ਮਰੇ ਸਨ। ਪਾਣੀ ਦੀ ਘਾਟ ਦੇ ਚੱਲਦੇ ਬਿਆਸ ਵਾਟਰ ਰਿਜ਼ਰਵ ਵਿੱਚ ਐਕੁਐਟਿਕ ਲਾਈਫ ਗੰਭੀਰ ਖਤਰੇ ਵਿੱਚ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪਾਣੀ ਦੀ ਰਿਹਾਈ ਨੂੰ ਸੀਮਿਤ ਕਰਨ ਦੇ ਫੈਸਲੇ ਤੋਂ ਬਾਅਦ ਪਾਣੀ ਦਾ ਪੱਧਰ ਰਿਜ਼ਰਵ ਵਿੱਚ ਘੱਟ ਹੋ ਗਿਆ ਸੀ। ਪੰਜਾਬ ਸਰਕਾਰ ਨੇ ਅਸ਼ਲੀਲ ਗੀਤਾਂ ਦੇ ਵਿਰੋਧ ਵਿੱਚ ਇੱਕ ਕਲਚਰਲ ਕਮਿਸ਼ਨ ਦੀ ਸਥਾਪਨਾ ਦਾ ਐਲਾਨ ਕੀਤਾ ਹੈ ਅਤੇ ਗਾਣਿਆਂ ਵਿੱਚ ਰਾਜ ਦੇ ਰਿਚ ਕਲਚਰ ਨੂੰ ਦਰਸਾਉਣ ਦੀ ਮੰਗ ਕੀਤੀ ਹੈ। ਹਾਲ ਹੀ ਦੇ ਗਾਣਿਆਂ ਵਿੱਚ ਬੰਦੂਕਾਂ, ਗਾਲਾਂ ਅਤੇ ਅਸ਼ਲੀਲਤਾ ਦੀ ਵਡਿਆਈ ਵੱਧ ਰਹੀ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ UK ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਅਰੁਣਾਚਲ ਸੈਕਟਰ ਵਿੱਚ ਚਾਈਨਾ ਨਾਲ ਸਰਹੱਦ ਉੱਪਰ ਪਹਾੜੀ ਇਲਾਕਿਆਂ ਵਿੱਚ ਹੋਰ ਫੌਜੀ ਤੈਨਾਤ ਕੀਤੇ ਗਏ ਹਨ ਅਤੇ ਪੈਟਰੋਲਿੰਗ ਨੂੰ ਉਹਨਾਂ ਨੇ ਵਧਾ ਦਿੱਤਾ ਹੈ। ਇਹ ਪਿਛਲੇ ਸਾਲ ਡੋਕਲਾਮ ਫੇਸ ਆਫ ਤੋਂ ਬਾਅਦ ਸਰਹੱਦ ਤੇ ਚਾਈਨੀਜ਼ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਦੇ ਲਈ ਹੈ। ਭਾਰਤ ਨਜ਼ਰ ਰੱਖਣ ਲਈ ਚੌਪਰਸ ਨੂੰ ਨਿਯਮਿਤ ਤੌਰ ਤੇ ਨਿਯੁਕਤ ਕਰ ਰਿਹਾ ਹੈ। ਜੰਮੂ ਐਂਡ ਕਸ਼ਮੀਰ CM ਮਹਿਬੂਬਾ ਮੁਫਤੀ ਨੇ PM ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਜਲਦੀ ਪਾਕਿਸਤਾਨ ਦੇ ਨਾਲ ਸ਼ਾਂਤੀ ਲਈ ਗੱਲਬਾਤ ਸ਼ੁਰੂ ਕਰਨ। ਮੁਫਤੀ ਨੇ ਕਿਹਾ ਕਿ ਕਸ਼ਮੀਰ ਘਾਟੀ ਦੇ ਵਿੱਚ ਆਜ਼ਾਦੀ ਦੇ ਨਾਅਰਿਆਂ ਨੂੰ ਬਦਲਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। BJP ਲੀਡਰ ਰਾਮ ਮਾਧਵ ਨੇ ਕਿਹਾ ਹੈ ਕਿ ਖੁੱਲ੍ਹੇ ਦਿਲ ਨਾਲ ਭਾਰਤ ਨੇ ਹਮੇਸ਼ਾ ਔਖੇ ਸਮੇਂ ਵਿੱਚ ਲੋਕਾਂ ਦੀ ਮੇਜ਼ਬਾਨੀ ਕੀਤੀ ਹੈ। ਉਸ ਨੇ ਭਾਰਤ ਦੇ ਵਿੱਚ ਦਲਾਈ ਲਾਮਾ ਦੇ ਆਉਣ ਦੀ 60ਵੀਂ ਐਨੀਵਰਸਰੀ ਤੇ ਬੋਲਿਆ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਬੁੱਧਿਸਟ ਵਿਦਵਾਨਾਂ ਦੇ ਨਾਲ ਭਾਰਤ ਆਉਣ ਦੇ ਲਈ ਦਲਾਈ ਲਾਮਾ ਨੂੰ ਧੰਨਵਾਦ ਕਰਨਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਦੇ CM ਯੋਗੀ ਆਦਿੱਤਿਆਨਾਥ ਨੇ ਕਿਹਾ ਕਿ 2019 ਦੇ ਲੋਕ ਸਭਾ ਚੋਣਾਵਾਂ ਵਿੱਚ SP ਅਤੇ BSP ਵਿਚਕਾਰ BJP ਦਾ ਮੁਕਾਬਲਾ ਕਰਨ ਦੇ ਲਈ ਗੱਠਜੋੜ ਦੇ ਤੌਰ ਉੱਪਰ ਕਰਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਿਰਫ ਸ਼ਕਤੀ ਲਈ ਸਮਝੌਤਾ ਹੀ ਹੋਵੇਗਾ।
बीएसपी चीफ मायावती ने भाजपा के खिलाफ विरोधी धिर नूं इकजुट करन दी मांग कीती है। भारत की बार कौंसिल संसद अते विधानसभा के मैंबरां नूं वकीलां वजो अभ्यास करन दी आग्या देवेगा। हालांकि यह कहा गया है कि जिहड़े लोग हायर जुडिशरी के किसी भी जज के खिलाफ इंपीचमेंट मोशन लियांदे हन उन्हां नूं अदालत दे विच पेश होण दी इजाजत नहीं दिती जाएगी। हजारां मुसलमान औरतां जिन्हां ने ज़्यादातर काले बुरके पाए हैं उन्होंने मुंबई में साइलेंट प्रोटेस्ट किया है। उन्होंने पिछले साल दिसंबर के लोक सभा द्वारा किए ट्रिपल तलाक को पाबंदी लाने के बिल को वापस लेने की मांग की। आईसीआईसीआई बैंक के एमडी और सीईओ चंदा कोछर के पति दीपक कोछर वीडियोकॉन समूह के अधिकारियों और होर लोगों के खिलाफ एक प्रीलिमिनरी जांच शुरू की गई है। यह 2012 में बैंकों के एक कंसोर्टियम के हिस्से वजो आईसीआईसीआई बैंक लिमिटेड द्वारा वीडियोकॉन समूह को 3250 करोड़ रुपए के कर्जे की मंजूरी देने के कथित गलत काम के उपर है। चेन्नई हवाई अड्डे उपर एक स्पाइसजेट एयर होस्टेस की वीडियो वायरल हुई है जिस एयर होस्टेस ने इल्जाम लगाया कि हवाई अड्डे से उन्होंने स्ट्रिप सर्चिंग हुई। बजट कैरियर ने कहा है कि सुरक्षा और सेफ्टी एसओपीज के मुताबिक रैंडम पैड डाउन खोज की गई थी। लाए गए दोषों की जांच की जा रही है। आंध्र प्रदेश पुलिस ने माओवादियों वालों हैदराबाद यूनिवर्सिटी के वाइस चैंसलर पोडली अप्पा राव को मारन की कथित कोशिश को नाकाम कर दिया है। 2 साल पहले दलित विद्यार्थी रोहित वैमुला की मौत का बदला लेने के लिए किया जा रहा है। दलित के भेदभाव का विरोध करने लिए वैमुला ने खुदकुशी कर ली थी। अदाकारा सोहा अली खान जो कि पेरिल्स ऑफ बीइंग मॉडरेटली फेमस दी लेखक है उन्हों का कहना है कि जिहड़े लोग बहुत सेंसिटिव हैं उन्होंने बॉलीवुड इंडस्ट्री का हिस्सा नहीं बनना चाहिए। सोहा नू अगली बार साहेब बीवी और गैंगस्टर 3 दे विच वेख्या जाएगा। साडे नाल जुड़े रहो दोस्तों, असीं यूके दीआं महत्वपूर्ण खबरां दे नाल जल्दी वापस आवांगे। indiantimesdaily.com ते तुहाडा सारयां दा फेर तो स्वागत है। यूके दीआं 10 मुख खबरां हन। लंडन विच रशियन एम्बेसी ने यूके दे रशियन हवाई जहाज दी गलत तरीके नाल जांच करन दा इल्जाम लगाया जो ब्रिटिश कैपिटल विच उतरिया सी। रशिया ने इस कार्रवाई नू अंतरराष्ट्रीय नियमां दा उल्लंघन दस्सिया है। एरोफ्लोट हवाई जहाज लंडन दे हीद्रो हवाई अड्डे ते उतरिया सी। विरोधी धिर दे नेता क्रिस्टीन शॉकरॉफ ने एंटी सेमिटिज्म दी लहर दे चलदे लेबर पार्टी दे नेशनल एग्जीक्यूटिव कमेटी तो अस्तीफा दे दिता है। यह विवाद उदों उठा जदों शॉकरॉफ ने होलोकास्ट दे दोषी उम्मीदवार दे मुअत्तल दा विरोध किया सी। कई एमपीज ने घटना दे बाद शॉकरॉफ तो इस्तीफे दी मंग कीती। रशिया ने यूके नू सूचित किया है कि 50 डिप्लोमैट्स नू रशिया दे एक साबका जासूस नू जहर दे के मारन दी लहर दे करके देश छड़ के जाना पवेगा। इस तो पहले 23 ब्रिटिश डिप्लोमैट्स नू रशिया तो कट दिता गया सी। ताजा घोषणा दे मुताबक होर 27 ब्रिटिश डिप्लोमैट्स नू रशिया घर भेज देवेगी। कुछ 150 रशियन डिप्लोमैट्स नू वैसटर्न कंट्रीज तो कट दिता गया है। मेट्रोपॉलिटन पुलिस चीफ क्रेसिडा डिक ने कहा है कि सोशल मीडिया साइट सड़कों के लोगों को होर हिंसक बना रही है। उसने लंदन में हो रहे हिंसक अपराधों को रोकने के लिए 100 अफसरों की एक नवी टास्क फोर्स का ऐलान किया है। 2011 तो इंग्लैंड और वेल्स में स्टैबिंग्स की सब तो ज्यादा गिनती है। आईएस के अतवादियों तो मारे गए पीड़ितों के परिवारक मैंबरों ने शिकायत की है कि अतवादियों के खिलाफ ठीक तरीके नाल कार्रवाई नहीं हो रही है। आईएस अतवादी अलेक्जेंडर कोटे अते एल शफी अल शेख वर्तमान विच सीरिया की जेल में बंद हैं पर उन्होंने कोई भी पछतावा नहीं है। उन्होंने दोनों ने दावा किया है कि उन्होंने दोनों की यूके सिटीजनशिप को गैर कानूनी तरीके नाल ले लिया गया है। यूके दे सब तो वड्डे टीचिंग यूनियंस वालों पे हाइक ते नैशनल हड़ताल दी मांग कीती है। इसका यह अर्थ है कि इंग्लैंड वेल्स अते नॉर्दर्न आयरलैंड दे कई मुल्कां विच विघन आवेगा। हालांकि सरकार दा मनना है कि अध्यापक एवरेज 37,000 पाउंड्स कमाउंदे हन जो कि लंडन विच कुछ 42,000 पाउंड तक वध सकता है। वर्क एंड पेंशन सैक्रेटरी एस्थर मैकवे ने कहा है कि स्कूल के बच्चों नू काम दे माहौल की आदत पाउण दे लई पार्ट टाइम नौकरियां करनिया चाहिए हन। उन्होंने दावा किया कि शनिवार नू काम करते नौजवानों की गिनती विच काफ़ी कमी आ चुकी है। मैकवे का मानना है कि नौजवानों नू शनिवार नू काम करना चाहिए है जिस तों वो अपना हुनर वधा सकते हैं। साबका विद्यार्थियों नू सद्दन लई सैक्सिस्ट सद्दा भेजन तो बाद ऑक्सफोर्ड यूनीवर्सिटी मुश्किलों विच आ गई है। यूनीवर्सिटी ने अपने साबका विद्यार्थियों नू यूनीवर्सिटी विच समागम दे लई साथी या पत्नी नू लियाउण दे लई कहा सी। हालांकि ऑक्सफोर्ड दे स्पोक्सपर्सन ने दावा किया कि यूनीवर्सिटी जेंडर इक्वैलिटी लई वचनबद्ध है। मोहम्मद सलाह दे लेट गोल नाल लिवरपूल ने इंग्लिश प्रीमियर लीग विच क्रिस्टल पैलेस नू हरा दिता। लिवरपूल क्रिस्टल पैलेस तो 2-1 दे नाल जीती। इस जीत तो लिवरपूल ने अगले सीजन दे यूईएफए चैंपियंस लीग विच जगह बना ली है। मशहूर ब्रिटिश फिल्म मेकर क्रिस्टोफर नोलन भारतीय सिनेमा बारे होर वेखना अते जानना चाहुंदे हन। नोलन ने डिजिटल युग विच सेलुलॉयड फिल्मों बारे जागरूकता पैदा करन दी अपनी इच्छा
ਭਾਰਤ ਦੀ ਇੱਕ ਯਾਤਰਾ ਦੇ ਦੌਰਾਨ ਜਤਾਈ ਸੀ। ਉਸਨੇ ਸ਼ਾਹਰੁਖ ਖਾਨ ਅਤੇ ਕਮਲ ਹਸਨ ਸਮੇਤ ਕਈ ਮਸ਼ਹੂਰ ਹਸਤੀਆਂ ਨਾਲ ਮੁਲਾਕਾਤ ਕੀਤੀ। ਇਸਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ, ਪਰ ਤੁਸੀਂ ਇੰਡੀਅਨ ਟਾਈਮਸ ਡੇਲੀ ਤੇ ਲੌਕਡਾਊਨ ਰਹੋ, ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਹੁਣ ਇਸ ਪੋਰਟਲ ਤੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲੈਨਰਸ ਤੱਕ ਸਾਰੇ ਯੂਕੇ ਬਿਜ਼ਨਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਡੇਲੀ ਵਿੱਚ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਤੇ ਖੁਸ਼ਗਵਾਰ ਗੁਜ਼ਰੇ। Remember Bruna Abdullah's Rabba Rehm Kare song from the movie Cash way back in 2007? Well, the lady is breaking the internet not with another song but with her latest photo shoot. Check out her photographs, wherein one she is donning a high waist innerwear and a black blazer, and another she wore a one piece swimwear. If you check out her Instagram, you will know that she keeps treating her fans with insights to her photo shoots time and again. Meanwhile, not just Abdullah, Maya series fame Shama Sikandar too bare it all. She went topless, but without revealing much, she shared a close-up where she let her face do all the talking. Well, these two are breaking the internet with their photoshoot images. What do you think? Which one grabbed more attention? The second edition of Bombay Times Fashion Week 2018 commenced yesterday, with designers showcasing their collection and celebrities donning those amazing outfits. Actress model Malaika Arora mesmerized everyone in friend and designer Mandira work. She wore a sheer white flowy floor-length gown, walking the ramp looking like a complete diva. Nusrat Bharucha, who is currently on cloud 9 with her successful film Sonu Ke Titu Ki Sweetie, turned a showstopper too. She walked for designer Shivani's Disharth collection. She donned a beautiful gown with a shimmery tube top and ruffled bottom and a knee-high slit. Model TV presenter Shivani Dandekar was dressed in a mustard-colored trench-style dress. With minimum makeup and loose tresses, she made a perfect showstopper for designer Shaheen Manan. Sonakshi Sinha looked glamorous in a short, shimmery dress. Golden stilettos and loose wavy tresses completed her look. She walked the ramp for Nandita Mehtani. Tell us whose look impressed you the best.